ਮਿਹਰਬਾਨ ਮੰਨਣ ਵਾਲਾ ਜੋ ਗੌਸ ਪਾਕਦਾ ਏ ਇੱਥੇ ਉੱਥੇ ਨਾ ਕਦੀ ਉਹ ਤੰਗ ਹੋਵੇ, ਦੁਨੀਆ ਉਸ 'ਤੇ ਕਦਮ ਪਈ ਚੁੰਮਦੀ ਏ ਜਿਹੜਾ ਗੌਸ ਮੀਰਾਂ ਦਾ ਮਸਤ ਮਲੰਗ ਹੋਵੇ। ਸ਼ਾਨ ਉਸ ਦੀ ਜੱਗ ਤੋਂ ਵੱਖਰੀ ਏ ਜਿਹਨੂੰ ਚੜ੍ਹਿਆ ਮੀਰਾਂ ਦਾ ਰੰਗ ਹੋਵੇ, ਗੌਸ ਪਾ ਕੇ ਪੀਰ ਦੁਖੀਆਂ ਦਾ ਸਦਾ ਆਪਣੇ ਮੁਰੀਦਾਂ ਦੇ ਸੰਗ ਹੋਵੇ। ਇੱਕ ਦੀਵਾਨਾ ਗੌਸ ਪਾਕ ਸਰਕਾਰ ਨੂੰ ਯਾਦ ਕਰਦਾ ਅਤੇ ਕਹਿੰਦਾ, ਗੌਸਲੇ ਆਜ਼ਮ ਪੀਰ ਪੀਰਾਂ ਦਾ ਬਦਲ ਦੇਵੇ ਤਕਦੀਰਾਂ, ਗੌਸ ਪਾਕ ਦਾ ਨਾਰਾ ਲਾਇਆ ਕੱਟ ਜਾਵਣ ਜ਼ੰਜੀਰਾਂ, ਗੌਸ ਪਾਕ ਦੇ ਦਰ 'ਤੇ ਹੁੰਦੀਆਂ ਮਾਫ ਸੱਬੇ ਤਕਸੀਰਾਂ, ਹੱਕ ਬਾਹੂ ਸਰਕਾਰ ਵਰਗੇ ਵੀ ਇੱਕ ਉਸ ਵੇਲੇ ਕਰਦੇ ਮੀਰਾਂ ਮੀਰਾਂ ਉਸ ਵੇਲੇ ਜਵਾਬ ਕਰਕੇ ਦੱਸਦਾ, ਭਲਾ ਕਿਹੜੇ ਬਿਆਨ ਕਰਕੇ ਦੱਸਦੇ ਆ। ਆਜ਼ਮ ਨਾ ਮੀਰਾਂ ਦੇ ਕਦਮਾਂ ਦੇ ਵਿੱਚ ਥਾਂ
ਮੰਡੀ ਪਾ ਦੇ।